ਪੰਜਾਬੀ ਰੀਡਰ 68 2020 ਐਡੀਸ਼ਨ ਲੈਸਨ 13 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਪੰਜਾਬ ਦੇ ਦਰਿਆਵਾਂ ਬਾਰੇ ਇੱਕ ਲੇਖ ਪੜ੍ਹਾਂਗੇ ਪਹਿਲੇ ਅਸੀਂ ਪੰਜਾਬ ਬਾਰੇ ਪੜਿਆ ਫਿਰ ਅਸੀਂ ਪੰਜਾਬ ਦੇ ਮੌਸਮ ਬਾਰੇ ਪੜਿਆ ਅੱਜ ਅਸੀਂ ਪੰਜਾਬ ਦੇ ਦਰਿਆ ਬਾਰੇ ਪੜ੍ਹਾਂਗੇ ਧਰਤੀ ਉੱਤਰ ਦਿਸ਼ਾ ਸਿਰਫ ਵੰਡੇ ਆ ਗਿਆ ਖਾਣੇ ਦੀ ਟੋਕਰੀ ਉਪਜਾਉ ਫਸਲਾਂ ਉਗਦੀਆਂ ਉਗਾਉਂਦੇ ਫੀਸਦੀ ਬਿਜਲੀ ਠੀਕ ਹੈ ਸਭੀਰੇ ਸਬਰ ਪੰਜਾਬ ਪੰਜਾਬ ਸ਼ਬਦ ਫਾਰਸੀ ਦੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਹੈ ਪੰਜ ਆਬ ਪੰਜ ਪਾਣੀ ਪੰਜਾਬ ਮਤਲਬ ਪੰਜ ਪਾਣੀਆਂ ਦੀ ਧਰਤੀ ਬਹੁਤ ਸਮਾਂ ਪਹਿਲਾਂ ਪੰਜਾਬ ਵਿੱਚ ਪੰਜ ਦਰਿਆ ਵਗਦੇ ਸਨ ਉਨਾ ਪੰਜ ਦਰਿਆਵਾਂ ਦੇ ਨਾਂ ਜਿਹਲਮ ਚਨਾਬ ਰਾਵੀ ਬਿਆਸ ਅਤੇ ਸਤਲੁਜ ਸਨ ਸਾਰੇ ਦਰਿਆ ਉੱਤਰ ਦਿਸ਼ਾ ਵਿੱਚ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸ਼ੁਰੂ ਹੁੰਦੇ ਸਨ ਸੋਹੇਰਸ ਹਿਮਾਲਿਆਸ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਬਣ ਗਏ so here is pakistan there are the rivers you see that here are the rivers punjab bhi do hissiyan vich vandya gaya so here is punjab half of it and half is over here us vand naal do darya channab ate jhelum pakistan de punjab vich chale gaye bharat de punjab vich hun sirf tin darya ਰਾਵੀ ਬਿਆਸ ਅਤੇ ਸਤਲੁਜ ਹੀ ਵਗਦੇ ਹਨ ਸਤਲੁਜ ਸਭ ਤੋਂ ਲੰਮਾ ਦਰਿਆ ਹੈ ਇਹ 900 ਮੀਲ ਲੰਮਾ ਹੈ ਇਸ ਉੱਤੇ ਭਾਖੜਾ ਨੰਗਲ ਡੈਮ ਬਣਿਆ ਹੋਇਆ ਹੈ ਭਾਖੜਾ ਨੰਗਲ ਡੈਮ ਤੇ ਪਾਣੀ ਤੋਂ ਬਿਜਲੀ ਬਣਾਈ ਜਾਂਦੀ ਹੈ ਰਾਵੀ ਦਰਿਆ 450 ਮੀਲ ਲੰਮਾ ਹੈ ਇਹ ਦਰਿਆ ਪੰਜਾਬ ਵਿੱਚ ਥੋੜੀ ਦੂਰ ਜਾ ਕੇ ਹੀ ਪਾਕਿਸਤਾਨ ਵਿੱਚ ਚਲਾ ਜਾਂਦਾ ਹੈ। ਬਿਆਸ ਦਰਿਆ 290 ਮੀਲ ਲੰਮਾ ਹੈ। ਬਿਆਸ ਅੰਮ੍ਰਿਤਸਰ ਵਿੱਚ ਆ ਕੇ ਸਤਲੁਜ ਵਿੱਚ ਮਿਲ ਜਾਂਦਾ ਹੈ। ਇਹ ਦਰਿਆ ਪੰਜਾਬ ਦੀ ਧਰਤੀ ਨੂੰ ਬਹੁਤ ਉਪਜਾਊ ਬਣਾ ਦਿੰਦੇ ਹਨ। ਫਰਟਲ ਤੇ ਉੱਥੇ ਬਹੁਤ ਫਸਲਾਂ ਉਗਦੀਆਂ ਹਨ। ਇਹਨਾਂ ਦਰਿਆਵਾਂ ਨੇ ਪੰਜਾਬ ਨੂੰ ਖਾਣੇ ਦੀ ਟੋਕਰੀ ਬਣਾ ਦਿੱਤਾ। ਬ੍ਰੈਡ ਬਾਸਕਟ ਪੰਜਾਬ ਦੇ ਕਿਸਾਨ ਸਾਰੇ ਭਾਰਤ ਲਈ ਦਾਣੇ ਕਣਕ, ਮੱਕੀ, ਚੌਲ, ਦਾਲਾਂ ਉਗਾਉਂਦੇ ਹਨ। ਸਿਰਫ ਦਾਣੇ ਹੀ ਨਹੀਂ, ਪੰਜਾਬ ਵਿੱਚ ਬਹੁਤ ਫਲ ਵੀ ਉਗਾਉਂਦੇ ਹਨ ਜਿਵੇਂ ਸੰਤਰੇ, ਅਨਾਰ, ਸੇਬ, ਆड़ੂ, ਅੰਜੀਰਾ, ਸ਼ਤੂਤ, ਖੁਰਮਾਨੀਆਂ, ਜਾਮਣ, ਆਲੂ ਬੁਖਾਰੇ, ਆਂਬ, ਅੰਗੂਰ, ਨਾਖਾਂ, ਤਰਬੂਜ਼, ਖਰਬੂਜੇ, ਲੀਚੀਆਂ, ਬਦਾਮ ਅਤੇ ਨਿੰਬੂ। ਨਿੰਬੂ ਵੀ ਕਹਿੰਦੇ ਹਨ ਇਹੀ ਨਹੀਂ ਬਹੁਤ ਸਬਜ਼ੀਆਂ ਜਿਵੇਂ ਆਲੂ ਮਟਰ ਗਾਜਰਾ ਖੀਰੇ ਸ਼ਲਗਮ ਪਾਲਕ ਸਰੋਂ ਅਤੇ ਗੰਡੇ ਵੀ ਉਗਾਉਂਦੇ ਹਨ ਇਸ ਤੋਂ ਇਲਾਵਾ ਹੋਰ ਕਿਸਾਨ ਗੰਨੇ ਕਪਾਹ ਅਤੇ ਹੋਰ ਵੀ ਬਹੁਤ ਫਲ ਅਤੇ ਸਬਜ਼ੀਆਂ ਉਗਾਉਂਦੇ ਹਨ ਇਹ ਸਭ ਫਸਲਾਂ ਉਗਾਉਣ ਲਈ ਦਰਿਆਵਾਂ ਦਾ ਪਾਣੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਕੈਲੀਫੋਰਨੀਆ ਸਟੇਟ ਸਾਰੇ ਅਮਰੀਕਾ ਲਈ ਖਾਣੇ ਉਗਾਉਂਦੀ ਹੈ ਉਸੇ ਤਰ੍ਹਾਂ ਹੀ ਭਾਰਤ ਪੰਜਾਬ ਭਾਰਤ ਲਈ ਖਾਣੇ ਉਗਾਉਂਦਾ ਹੈ ਕੈਲੀਫੋਰਨੀਆ ਵਿੱਚ ਵੀ ਸਿੱਖ ਹੀ ਖੇਤੀ ਕਰਦੇ ਹਨ ਅਤੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਵਿੱਚ ਵੀ ਸਿੱਖ ਹੀ ਖੇਤੀ ਕਰਦੇ ਹਨ ਸਿੱਖ ਕਿਸਾਨਾਂ ਤੋਂ ਬਿਨਾ ਅਮਰੀਕਾ ਅਤੇ ਭਾਰਤ ਦੇ ਅੱਧੇ ਲੋਕ ਭੁੱਖੇ ਰਹਿ ਜਾਣਗੇ So, they play a very big role, right? So, there's only 340 words in this essay. And if you're reading 60 words per minute, you should take maybe five to six minutes to read it. Here are some pictures of some of the fruits and vegetables. And for homework, you're going to answer these questions. And they are easy, not difficult to understand. So, go ahead and read multiple choice. And here you have to write the answers and then here you have to connect the sentences to make complete um, sentence here you have to connect the vocabulary with their meanings and here is the counting so let's say counting together Ikso ikvanja, 151 151 152 153 154 Ik so thwanja, ik so unat IksO sat. That's all. Only ten numbers. hai? Okay. On Thursday, you set a timer and read this essay. See how many minutes you take. hai? Okay. So um, I think this should be okay. This should be not too hard. And I will see you in the next lesson. Until then, vai khalsa, vai fateh.